ਪੰਜਾਬ ਨੂੰ ਆਰਥਿਕ ਤੌਰ ਦੇ ਉੱਤੇ ਜਿਹੜੀ ਮਾਰ ਪੈ ਰਹੀ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ, ਉਹ ਤਾਂ ਹੁਣ ਫੰਡਾਂ ਦੀ ਗਿਣਤੀ ਵੀ ਕਈ ਕਰੋੜਾਂ 'ਚ ਬਣ ਗਈ ਹੈ। ਪਹਿਲਾਂ ਗੱਲ ਚੱਲੀ ਕਿ 5500 ਕਰੋੜ, ਫਿਰ ਨਾਲ 3000 ਕਰੋੜ ਹੋਰ ਜੁੜ ਗਿਆ, ਫਿਰ ਹੌਲੀ ਹੌਲੀ ਕਰਦਿਆਂ ਰਕਮ ਪਹੁੰਚ ਗਈ ਆ ਤਕਰੀਬਨ 12000 ਕਰੋੜ ਤੱਕ। ਅਤੇ ਪੰਜਾਬ ਦੇ ਮੁੱਖ ਮੰਤਰੀ ਵੀ, ਪੰਜਾਬ ਦੇ ਹੋਰ ਲੀਡਰ ਵੀ ਕਰਵਾਉਂਦੇ ਰਹੇ, ਆਪਾਂ ਵੀ ਕਈ ਵਾਰੀ ਚਰਚਾ ਕਰ ਚੁੱਕੇ ਹਾਂ ਕਿ ਸੈਂਟਰ ਦੇਣਾ ਕਿਉਂ ਨਹੀਂ ਚਾਹੁੰਦਾ, ਉਹਦੀ ਮਨਸ਼ਾ ਕੀ ਹੈ? ਦੇਖੋ ਸਵਾਲ ਹੈ ਕਿ ਸੰਦੀਪ, ਮੁਗਲ ਕਾਲ ਦੇ ਵਿੱਚ, ਤੁਗਲ ਕਾਲ ਦੇ ਵਿੱਚ, ਜਾਂ ਅੰਗਰੇਜ਼ ਰਾਜ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਨੂੰ ਇਤਿਹਾਸ ਦੇ ਪੰਨਿਆਂ 'ਚ ਦਰਜ ਆ। ਲੇਕਿਨ ਜਦ ਅਸੀਂ 1947 'ਚ ਆਜ਼ਾਦ ਹੋ ਜਾਂਦੇ ਹਾਂ, ਜਦ ਇੱਥੇ 1952 'ਚ ਆਜ਼ਾਦ ਭਾਰਤ ਦੀ ਸਰਕਾਰ ਬਣ ਜਾਂਦੀ ਹੈ, ਅਤੇ 1947 ਤੋਂ ਲੈ ਕੇ ਜਾਂ 1952 ਤੋਂ ਲੈ ਕੇ ਜਦੋਂ ਵੋਟਾਂ ਵਾਲਾ ਸਿਸਟਮ ਸ਼ੁਰੂ, ਹੁਣ ਤੱਕ ਪੰਜਾਬ ਦੇ ਨਾਲ ਤਾਂ ਮਤਰੀਮਾਂ ਵਾਲਾ ਸਲੂਕ ਹੀ ਹੋਇਆ ਨਾ। ਪੰਜਾਬ ਨੂੰ ਆਰਥਿਕ ਪੱਖੋਂ, ਸਮਾਜਿਕ ਪੱਖੋਂ, ਰਾਜਨੀਤਿਕ ਪੱਖੋਂ ਤਾਂ ਪੰਜਾਬ ਦਾ ਹਮੇਸ਼ਾ ਸ਼ਿਕਾਰ ਕੀਤਾ ਗਿਆ। ਉਹ ਸ਼ਿਕਾਰ ਕਰਨ ਵਾਲੇ ਵੀ ਤਾਂ ਸਾਡੇ ਹੱਥਾਂ ਰਾਹੀਂ ਚੁਣੇ ਹੋਏ ਲੋਕ ਨਾ ਜੀ। ਹੁਣ ਇਸ ਕਰਕੇ ਇਹ ਕਿ ਜੇ ਆਮ ਆਦਮੀ ਪਾਰਟੀ ਅੱਜ ਆ ਅਤੇ ਸੈਂਟਰ ਧੱਕਾ ਕਰ ਰਿਹਾ, ਜਦੋਂ ਇੱਥੇ ਅਕਾਲੀਆਂ ਦੀ ਸਰਕਾਰ ਤਦ ਵੀ ਸੈਂਟਰ ਧੱਕਾ ਕਰਦਾ, ਜਦੋਂ ਕਾਂਗਰਸ ਸਰਕਾਰ ਸਦ ਵੀ ਧੱਕੇ ਹੁੰਦੇ ਰਹੇ। ਸੈਂਟਰ ਨੇ ਤਾਂ ਪੰਜਾਬ ਨੂੰ ਹਮੇਸ਼ਾ ਧੱਕੇ ਰੱਖੇ ਨਾ, ਪੰਜਾਬ ਦੇ ਪੱਲੇ ਧੱਕੇ ਤੋੜੇ ਪਏ ਨੇ। ਠੀਕ ਹੈ, ਅਸੀਂ ਕੁਰਬਾਨੀਆਂ ਦੇ ਕੇ ਆਪਣੇ ਆਪ ਨੂੰ ਛਾਤੀ ਚੌੜੀ ਕਰਕੇ ਦੇ ਕੇ ਹੀ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਕੌਮ ਆ, ਪਰ ਸਾਨੂੰ ਮਿਲਿਆ ਤਾਂ ਕੁਝ ਨਹੀਂ ਨਾ। ਹੁਣ ਸਵਾਲ ਇਸ ਕਰਕੇ ਆ ਕਿ ਪੰਜਾਬ ਨੂੰ ਜਿਹੜੀ ਤਕਲੀਫ ਦਿੱਤੀ ਜਾ ਰਹੀ ਹੈ ਉਹ ਸੈਂਟਰ ਦਿੰਦਾ, ਔਰ ਕੇਸਟ ਕੈਦ ਨਹੀਂ ਦਿੰਦਾ, ਜਿਵੇਂ ਅੱਜ ਜਾਖੜ ਸਾਹਿਬ ਉਹਨੀਆਂ ਦੀ ਗੱਲਾਂ ਦੇ ਵਿੱਚੋਂ ਬੋ ਆਈ ਆ। ਹੁਣ ਸਵਾਲ ਇਸ ਕਰਕੇ, ਜਿਹੜਾ ਹੁਣ 12000 ਕਰੋੜ ਰੁਪਈਆ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਦਾ ਰੋਕ ਲਿਆ, ਚਾਹੇ ਰੂਰਲ ਡਿਵੈਲਪਮੈਂਟ ਫੰਡ ਹੋਵੇ ਚਾਹੇ ਹੋਰ ਫੰਡ ਹੋਵੇ, ਉਹ ਟੋਟਲ 12000 ਕਰੋੜ ਰੁਪਈਆ ਬੰਦ ਆ। ਇਹ ਸਿਰਫ ਪੰਜਾਬ ਦਾ ਨਹੀਂ, ਜਿੰਨੇ ਪਿੱਛੇ ਜੇ ਕੋਰਟ ਦੇ ਵਿੱਚ ਗਈਆਂ ਨੇ ਸਰਕਾਰਾਂ, ਬੰਗਾਲ ਦੇ ਨਾਲ ਦੁੱਖ ਸਰਕਾਰ ਨੂੰ ਤਕਲੀਫ ਆ, ਕਰਨਾਟਕਾ ਨੂੰ ਨਾਲ ਤਕਲੀਫ ਆ, ਕੇਰਲਾ ਦੇ ਨਾਲ ਤਕਲੀਫ ਆ, ਕੇਰਲਾ ਵਾਲਿਆਂ ਦੇ ਪੈਸੇ ਰੋਕ ਲਏ, ਆਂਧਰਾ ਵਾਲਿਆਂ ਦੀ ਤਕਲੀਫ ਆ ਨਾ ਜੀ, ਅਤੇ ਬੀਜੇਪੀ ਦੀਆਂ ਜਿਹੜੀ ਸਰਕਾਰਾਂ ਉਹਨਾਂ ਨੂੰ ਕੋਈ ਤਕਲੀਫ ਨਹੀਂ, ਕਿਉਂਕਿ ਬੀਜੇਪੀ ਨੂੰ ਲੱਗਾ ਕਿ ਅਸੀਂ ਸੱਤਾ ਦੇ ਵਿੱਚ ਹਾਂ, ਜਿਹਦੀ ਮਰਜ਼ੀ ਸਰਕਾਰ ਤੋੜ ਦਿਉ। ਹਿਮਾਚਲ ਜੀ ਵੀ ਤਾਂ ਤੋੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਨਾ। ਹੁਣ ਸਵਾਲ ਹੈ ਕਿ ਬੀਜੇਪੀ ਕਰੇ ਰਾਜ ਚਾਹੇ ਕਾਂਗਰਸ ਕਰੇ, ਪੰਜਾਬ ਦੇ ਨਾਲ ਤਾਂ ਇਹੀ ਵੱਖਰੇਵਾਂ ਰਿਹਾ। ਹੁਣ ਇਹ ਸਵਾਲ ਇਸੇ ਕਰਕੇ, ਇਹ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਸਾਨੂੰ ਇੱਥੋਂ 13 ਇੱਥੋਂ ਦਿਉ ਜੀ, ਸਾਡੀਆਂ ਦਿੱਲੀ ਆ ਜਾਣੀਆਂ, ਲੋਕ ਸਭਾ ਮਿਲਾ ਕੇ ਸਾਡੇ ਪਹਿਲਾਂ ਹੀ 10 ਪਹੁੰਚੇ ਹੋਏ ਨੇ, ਅਤੇ ਜੇ ਅਸੀਂ 23 ਜਾਣੇ ਹੋ ਗਏ ਅਤੇ ਉੱਥੇ ਰੌਲਾ ਤਾਂ ਪਾਵਾਂਗੇ, ਸੈਂਟਰ ਨੂੰ ਧੋਣ ਦੇ ਗੋਡਾ 'ਤੇ ਦੇਵਾਂਗੇ ਨਾ। ਹੁਣ ਉਹ ਇਸੇ ਕਰਕੇ ਵਾਰ ਵਾਰ ਪੰਜਾਬ ਦੀ ਜਨਤਾ ਨੂੰ ਕਹਿ ਰਹੇ ਨੇ ਕਿ ਸਾਡੇ ਫੰਡ ਰੋਕੇ ਜਾ ਰਹੇ ਨੇ। ਹੁਣ ਸੈਂਟਰ ਨੂੰ ਫੰਡ ਰੋਕੇ ਕਿਉਂ ਜਾ ਰਹੇ, ਸਭ ਤੋਂ ਵੱਡਾ ਸਵਾਲ ਆ ਕਿ ਬਾਕੀ ਸਟੇਟਾਂ 'ਤੇ ਕਿਉਂ ਨਹੀਂ ਰੋਕਦੇ? ਹੁਣ ਫੰਡ ਤਾਂ ਮਿਲਣਾ ਨਹੀਂ ਹੈਗਾ, ਕਿਉਂਕਿ ਚੋਣ ਜਾਬਤਾ ਲੱਗ ਜਾਣਾ ਗਾ ਇਸ ਮਿਲਾਂ ਦਾ, 15 ਮਾਰਚ ਤੋਂ ਬਾਅਦ ਤਾਂ ਚੋਣ ਜਾਬਤਾ ਲੱਗ ਜਾਣਾ, ਅਤੇ ਹੁਣ ਮਿਲਣਾ ਨਹੀਂ, ਵਿੱਤੀ ਵਾਰਾ ਵੈਸੇ ਖਤਮ ਹੋ ਗਿਆ। ਹੁਣ ਜਿਹੜਾ ਸਰਕਾਰ ਨੇ ਤਾਂ 5 ਤਰੀਕ ਨੂੰ ਆਪਣਾ ਬਜਟ ਪੇਸ਼ ਕਰ ਦੇਣਾ ਪੰਜਾਬ ਸਰਕਾਰ ਨੇ, ਹਰਪਾਲ ਸਿੰਘ ਚੀਮਾ ਹੋਣਾਂ ਨੇ, ਅਤੇ ਜਿਹੜਾ ਫੰਡ ਸੀ ਉਹ ਲੈਪਸ ਹੋ ਗਿਆ ਜਾਂ ਸੈਂਟਰ ਨੇ ਦਿੱਤਾ, ਹੁਣ ਕੋਰਟ ਕਚਹਿਰੀਆਂ ਦੇ ਵਿੱਚ ਤੁਰੇ ਫਿਰੋਗੇ। ਪਰ ਜਿਹੜੇ ਸੈਂਟਰ ਦੇ ਜਿਹੜੇ ਧੱਕੇ ਨਾ ਜੀ, ਉਹ ਪੰਜਾਬ ਨਾਲ ਪਹਿਲੀ ਦਫ਼ਾ ਨਹੀਂ ਹੈਗੇ ਧੱਕੇ, ਬੜੀ ਵਾਰ ਧੱਕੇ ਨੇ। ਉਹ ਧੱਕਿਆਂ ਦੇ ਵਿੱਚ ਪੰਜਾਬ ਨੇ ਦੇਖਣਾ ਹੈਗਾ ਕਿ ਸੈਂਟਰ ਦਾ ਕਿਵੇਂ ਕਰਨਾ ਹੈਗਾ, ਵੀ ਸੈਂਟਰ ਕਿਉਂ ਵਾਰ ਵਾਰ ਪੰਜਾਬ ਨੂੰ ਤੰਗ ਕਰਦੀ ਹੈਗੀ ਆ। ਅਤੇ ਉਹ ਪੰਜਾਬ ਦੇ ਬੀਜੇਪੀ ਵਾਲਿਆਂ ਨੂੰ ਵੀ ਚਾਹੀਦਾ, ਜਾਖੜ ਸਾਹਿਬ ਨੂੰ ਚਾਹੀਦਾ ਹੈ ਨਾ, ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈਗਾ ਨਾ ਕਿ ਕਿਉਂ ਫੰਡ ਰੋਕੇ ਹੈਗੇ ਨੇ। ਜੇ ਤੁਸੀਂ ਇਹ ਕਹਿ ਰਹੇ ਕਿ ਅਸੀਂ MSP ਲੀਗਲਾਈਜ਼ ਕਰਨ ਦੀ ਗਰੰਟੀ ਦੇ ਰਹੇ, ਤਾਂ ਇਹ ਵੀ ਗਰੰਟੀ ਚੁੱਕੋ ਕਿ ਪੰਜਾਬ ਦਾ ਪੈਸਾ ਤਾਂ ਰੋਕਿਓ, ਜਿਹੜਾ ਰੁਕਿਆ ਉਹਨੂੰ ਬਹਾਲ ਕੀਤਾ ਜਾਵੇ। 12000 ਕਰੋੜ ਦੇ ਨਾਲ ਬਹੁਤ ਡਿਵੈਲਪਮੈਂਟ ਹੋਣੀ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ 12000 ਕਰੋੜ ਰੁਪਈਆ ਭਗਵੰਤ ਮਾਨ ਸਾਹਿਬ ਮਸ਼ਹੂਰੀਆਂ 'ਤੇ ਖਰਚ ਦੇਣਗੇ, ਜਿਵੇਂ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਜਾਂ BJP ਵਾਲੇ ਕਹਿ ਰਹੇ ਨੇ। ਕੰਮ ਵੀ ਤਾਂ ਬੜੇ ਰੁਕੇ, ਕਿਉਂਕਿ ਜਿਹੜਾ ਰੂਰਲ ਡਿਵੈਲਪਮੈਂਟ ਦਾ ਪੈਸਾ, ਉਹ ਜਿੰਨੀਆਂ ਲਿੰਕ ਰੋਡ ਆ 70000 ਕਿਲੋਮੀਟਰ ਦੇ ਕਰੀਬ ਆ, 70 ਤੋਂ 73000 ਕਿਲੋਮੀਟਰ, ਔਰ ਉਹਨਾਂ ਲਿੰਕ ਰੋਡ ਦਾ 6 ਸਾਲ ਬਾਅਦ ਰਿਪੇਅਰ ਹੁੰਦੀ ਆ, ਉਹ ਪੈਸੇ ਰੁਕ ਗਏ, ਰਿਪੇਅਰ ਨਹੀਂ ਹੋ ਰਹੀ, ਉਹ ਤਾਂ ਖੱਡੇ ਬਣ ਜਾਣਗੇ।
ਠੀਕ ਹੈ। ਇਸ ਕਰਕੇ ਸੈਂਟਰ ਨੂੰ ਚਾਹੀਦਾ ਹੈਗਾ ਕਿ ਜਿਹੜੀਆਂ ਤੁਸੀਂ ਸ਼ਰਤਾਂ ਲਾਉਂਦੇ, ਔਰ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਸੈਂਟਰ ਨੇ ਤਾਂ ਬਾਂਹ ਮਰੋੜ ਦਿੰਦੀ, ਬਾਂਹ ਮਰੋੜਦੀ ਰਹਿਣੇ ਉਹਨਾਂ ਨੇ, ਪਰ ਜਿੱਥੇ ਤੁਹਾਨੂੰ ਲੱਗਦਾ ਕਿ ਪੰਜਾਬ ਦਾ ਭਲਾ ਆਪਣੀ ਬਾਂਹ ਨਾ ਮਰੋੜ ਦਿੱਤੀ ਜਾਵੇ, ਤੁਸੀਂ ਉਹਨਾਂ ਦੇ ਕਹਿਣ 'ਤੇ ਜਿਹੜਾ ਮੰਡੀ ਬੋਰਡ ਐਕਟ ਦੇ ਵਿੱਚ ਅਮੈਂਡਮੈਂਟ ਕੀਤੀ ਆ ਅਤੇ ਕੁਛ ਨਹੀਂ ਆ, ਉਹਨਾਂ ਨੇ ਧੌਂ 'ਤੇ ਗੋਡਾ ਵੀ ਰੱਖਿਆ, ਤੁਹਾਡੀ ਗਿੱਚੀ ਵੀ ਮਰੋੜਤੀ, ਤੁਹਾਡੀ ਬਾਂਹ ਵੀ ਮਰੋੜਤੀ ਹੈਗੀ, ਅਤੇ ਪੈਸੇ ਤਦ ਵੀ ਨਹੀਂ ਦਿੱਤੇ ਹੈਗੇ। ਤੁਹਾਨੂੰ ਸਟੈਂਡ ਰੱਖਣਾ ਪੈਣਾ, ਸਟੇਟਾਂ ਦੇ ਆਪਣੇ ਅਧਿਕਾਰ, ਐਗਰੀਕਲਚਰ ਸਟੇਟ ਸਬਜੈਕਟ, ਹੈਲਥ ਸਟੇਟ ਸਬਜੈਕਟ, ਐਜੂਕੇਸ਼ਨ ਸਟੇਟ ਸਬਜੈਕਟ, ਪੁਲਿਸ ਸਟੇਟ ਸਬਜੈਕਟ, ਬਹੁਤ ਸਾਰੇ ਸਟੇਟ ਸਬਜੈਕਟ ਆ, ਸੈਂਟਰ ਨੂੰ ਕੋਈ ਨਹੀਂ ਹੈਗਾ। ਪਰ ਜੇ ਤੁਸੀਂ ਸੈਂਟਰ ਦੇ ਇਸ਼ਾਰਿਆਂ 'ਤੇ ਜਾਂ ਕਾਨੂੰਨ, ਔਰ ਕਿਉਂਕਿ ਜਿਹੜੇ ਪੰਜਾਬ ਦੇ ਆਫਿਸਰ ਉਹਨਾਂ ਨੇ ਤਾਂ ਕਾਨੂੰਨ ਦੇਖਣਾ, ਪਰ ਬਹੁਤ ਸਾਰੇ ਜਿਹੜੇ ਮਸਲੇ ਹੁੰਦੇ ਉਹ ਪੋਲੀਟੀਕਲ ਮਸਲੇ ਹੁੰਦੇ, ਪੋਲੀਟੀਕਲ ਤੌਰ 'ਤੇ ਇਹਨਾਂ ਨੂੰ ਡਿਲੀਵਰ ਕਰਨੇ ਪੈਂਦੇ, ਪੋਲੀਟੀਕਲ 90% ਪੋਲੀਟੀਕਲ ਮਸਲੇ ਹੁੰਦੇ ਨੇ, ਉਹ ਤੁਸੀਂ ਦੇਖਣਾ ਕਿ ਆਹ ਕਾਨੂੰਨ ਇੱਦਾਂ ਕਹਿੰਦਾ, ਲੇਕਿਨ ਸਾਡੀ ਲੋਕਾਂ ਦੇ ਹਿਸਾਬ ਦੇ ਨਾਲ ਅਸੀਂ ਕੰਮ ਕਰਨਾ ਨਾ, ਅਫਸਰਾਂ ਦੇ ਹਿਸਾਬ ਦੇ ਨਾਲ ਹੀ ਕੰਮ ਕਰਨਾ। ਹਾਂ ਠੀਕ ਹੈ, ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਕਰਨ ਦੇ ਵਿੱਚ ਉਹ ਪੋਲੀਟੀਕਲ ਮਸਲੇ ਤੁਹਾਨੂੰ ਹੱਲ ਕਰਵਾਉਣੇ ਪੈਣੇ ਹੈਗੇ ਨੇ, ਇਹ ਬੜਾ ਜ਼ਰੂਰੀ। ਸੈਂਟਰ ਦਾ ਇਲਜ਼ਾਮ ਲੱਗਦੇ ਨੇ ਕਿ ਉਹਨਾਂ ਨੇ ਸੰਵਿਧਾਨ ਬਦਲ ਦਿੱਤਾ ਹੈਗਾ, ਅਤੇ ਸਾਡੀ ਅਤੇ ਪੰਜਾਬ ਦੀ ਪਛਾਣ ਕੀ ਖੇਤੀ? ਅਤੇ ਜੇ ਖੇਤੀ ਦੇ ਹਿਸਾਬ 'ਚ ਵੀ ਸੈਂਟਰ ਕਹੇ ਵੀ ਅਸੀਂ ਕਰਨਾ, ਹੈਲਥ ਵੀ ਕਹਿੰਦੇ ਅਸੀਂ ਕਰਨਾ, ਫਿਰ ਸਟੇਟਾਂ ਕੋਲ ਕੀ ਰਹਿਣਗੇ? ਅਤੇ ਇਸੇ ਕਰਕੇ ਜਦੋਂ ਅਕਾਲੀ ਦਲ ਦੀ ਗੱਲ ਹੁੰਦੀ ਕਿ ਅਕਾਲੀ ਦਲ ਇੱਕ ਉਹ ਜਮਾਤ ਸੀ ਜਿਹੜੀ ਫੈਡਰਲ ਢਾਂਚੇ 'ਤੇ ਗੱਲ ਕਰਦੀ ਸੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇਣੇ ਚਾਹੀਦੇ ਨੇ, ਉਹ ਹੁਣ ਕੋਈ ਗੱਲ ਨਹੀਂ ਕਰ ਰਿਹਾ, ਨਾ ਆਮ ਆਦਮੀ ਪਾਰਟੀ ਗੱਲ ਕਰ ਰਹੀ ਆ, ਨਾ ਕਾਂਗਰਸ ਕਰ ਰਹੀ, ਜਾਂ ਨਾ ਹੋਰ ਜਿਹੜੀਆਂ ਸੂਬਾ ਸਰਕਾਰਾਂ ਸੂਬਾਈ ਪਾਰਟੀਆਂ ਉਹ ਵੀ ਨਹੀਂ ਗੱਲ ਕਰਦੇ। ਜਿੰਨਾ ਚਿਰ ਸੂਬਿਆਂ ਨੂੰ ਵੱਧ ਅਧਿਕਾਰ ਨਹੀਂ ਦਿੱਤੇ ਜਾਣਗੇ, ਤਦ ਤੱਕ ਜਿਹੜਾ ਸੈਂਟਰ ਆ, ਚਾਹੇ ਉੱਥੇ BJP ਰਾਜ ਕਰੇ, ਅੱਜ ਕਰੇ ਜਾਂ ਪਹਿਲਾਂ ਕਾਂਗਰਸ ਕਰਦੀ, ਕੱਲ੍ਹ ਨੂੰ ਕੋਈ ਹੋਰ ਕਰੇ, ਉਹਨਾਂ ਨੇ ਸਟੇਟਾਂ ਨੂੰ ਭਿਖਾਰੀ ਬਣਾ ਕੇ ਰੱਖਣਾ ਹੈਗਾ। ਇਹ ਸਟੇਟਾਂ ਨੇ ਡਿਸਾਈਡ ਕਰਨਾ ਕਿ ਤੁਸੀਂ ਰਾਜੇ ਬਣਨਾ ਕਿ ਭਿਖਾਰੀ ਬਣਨਾ ਹੈਗਾ, ਅਤੇ ਜੇ ਭਿਖਾਰੀ ਬਣਨਾ ਹੈਗਾ ਫਿਰ ਸੈਂਟਰ ਨੇ ਤਾਂ ਤੁਹਾਨੂੰ ਆਪਣੀਆਂ ਉਂਗਲਾਂ 'ਤੇ ਨਚਾਉਣਾ, ਫਿਰ ਤਾਂ ਇੱਦਾਂ ਹੀ ਕਹੀ ਚਲੋਗੇ ਕਿ ਸਾਡਾ 12,000 ਕਰੋੜ ਰੋਕ ਲਿਆ, ਸਾਡਾ ਨੈਸ਼ਨਲ ਹੈਲਥ ਰੂਰਲ ਮਿਸ਼ਨ ਦੇ ਰੋਕ ਲਏ, ਸਾਡੇ ਰੂਰਲ ਡਿਵੈਲਪਮੈਂਟ ਫੰਡ ਰੋਕ ਲਏ, ਸਾਡੇ ਬਾਰਡਰ ਏਰੀਆ ਦਾ ਡਿਵੈਲਪਮੈਂਟ ਫੰਡ ਰੋਕ ਲਿਆ, ਸਾਡਾ 1800 ਕਰੋੜ ਰੁਪਏ ਦੇ ਬਜਟ 'ਤੇ ਕਟੌਤੀ ਕਰ ਦਿੱਤੀ ਹੈਗੀ ਆ, ਫਿਰ ਤਾਂ ਤੁਸੀਂ ਇੱਦਾਂ ਹੀ ਰੋਂਦੇ ਰਹੋਗੇ। ਅਤੇ ਜੇ ਸਾਰੀਆਂ ਸੂਬਾਈ ਪਾਰਟੀਆਂ ਕਿਉਂ ਨਹੀਂ, ਜਦੋਂ ਪ੍ਰਧਾਨ ਮੰਤਰੀ ਜਿਹੜੀ ਨੀਤੀ ਆਯੋਗ ਦੀ ਮੀਟਿੰਗ ਕਰਦੇ, ਕਿਉਂ ਨਹੀਂ ਇੱਕ ਉੱਥੇ ਸਾਰੇ ਜਣੇ ਪਾਰਟੀਆਂ ਜਿਹੜੇ ਨੌਨ BJP ਗੌਰਮੈਂਟ ਆ, ਕਿਉਂ ਨਹੀਂ ਆਪਣੀ ਰਿਟਨ ਦੇ ਤੌਰ 'ਤੇ ਅਰਜੈਂਟਮੈਂਟ ਨੋਟ ਕਰਵਾ ਕੇ ਸ਼ੋਅ ਕਰਕੇ ਆਉਂਦੇ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ, ਸਾਨੂੰ ਸੂਬਿਆਂ ਦੇ ਵੱਧ ਅਧਿਕਾਰ ਜਾਣੇ ਚਾਹੀਦੇ ਗੇ, ਅਤੇ ਸੈਂਟਰ ਨੂੰ ਵੀ ਪਤਾ ਲੱਗ ਜੂਗਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਕਿੰਨੇ ਜ਼ਰੂਰਤ ਆ। ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਉਹਦੇ 'ਚ ਬੜਾ ਕਲੀਅਰ ਸੀ, ਪਰ ਉਸ ਤੋਂ ਬਾਅਦ ਜੋ ਅਕਾਲੀ ਦਲ ਨੇ ਅਕਾਲੀ ਦਲ ਦੇ ਖਿਲਾਫ ਉਸ ਸਮੇਂ ਦੀ ਹਕੂਮਤ ਨੇ ਕਿਹਾ ਕਿ ਵੱਖਵਾਦੀ ਨੇ, ਇਹ ਹੋਰ ਹੀ ਗੱਲਾਂ ਕਰਦੇ ਨੇ, ਪਰ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਕਰਨ ਲੱਗੀਆਂ, ਲੇਕਿਨ ਹੁਣ ਦੇਸ਼ ਦੇ ਵਿੱਚ ਓਰੀਜਨਲ ਪਾਰਟੀਆਂ ਖਤਮ ਹੋ ਗਈਆਂ, ਅਤੇ ਅਕਾਲੀ ਦਲ ਅੱਜ ਵੀ ਉਹਨਾਂ ਦੇ ਨਾਲ ਮਿਲਣ ਨੂੰ ਕਾਲਾ, ਜਿਹੜੇ ਫੈਡਰਲ ਢਾਂਚੇ ਆ ਖਤਮ ਕਰਨਾ ਚਾਹੁੰਦੇ ਕਿ ਨਹੀਂ ਫੈਡਰਲ ਢਾਂਚੇ ਦੀ ਕੋਈ ਲੋੜ ਨਹੀਂ ਹੈਗੀ, ਅਤੇ ਅਕਾਲੀ ਦਲ ਹਜੇ ਵੀ ਜੱਫੀਆਂ ਨੇ ਕਿ 24 'ਚ ਸਰਕਾਰ ਬਣ ਗਈ ਆ BJP ਦੀ, ਉਹਦੇ ਸਰਕਾਰ ਬਣਾ ਕੇ ਬੈਠੇ ਨੇ, ਸਾਨੂੰ ਮੰਤਰੀ ਅਸੀਂ ਬਣ ਹੀ ਜਾਣਾ ਹੈਗਾ, ਸਾਡੀ ਸੀਟ ਜਿੱਤੀ ਜਾਣੀ ਹੈਗੀ ਹੈ, ਅਤੇ ਫਿਰ ਫੈਡਰਲ ਢਾਂਚੇ ਦੀ ਗੱਲਾਂ ਕੌਣ ਕਰਨਗੇ? ਫਿਰ ਤਾਂ ਇੱਦਾਂ ਹੀ ਜਿਹੜੇ ਸੂਬੇ ਨੂੰ ਭਿਖਾਰੀ ਬਣ ਕੇ ਹੀ ਗੁਜ਼ਾਰਾ ਕਰਦੇ ਰਹਿਣਗੇ, ਉਹ ਫਿਰ ਰੋਂਦੇ ਰਹਿਣਗੇ, ਸੁਪਰੀਮ ਕੋਰਟ ਜਾਂਦੇ ਰਹਿਣਗੇ, ਅਤੇ ਸੁਪਰੀਮ ਕੋਰਟ ਵੀ ਕਿੰਨਾ ਕੁ ਚਿਰ ਕਰੂਗੀ? ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਹੁਣ ਗਾਂਹ ਜਿਹੜੇ ਆਉਣ ਵਾਲੇ ਉੱਥੇ ਨੇਵਾਲੀ ਵਰਸ, ਉਹਨਾਂ ਦੇ ਸਾਰੀ ਪਤਾ ਹੀ ਲੱਗਿਆ ਕਿ ਉੱਥੇ ਕਿੰਨੇ ਕੁ ਲੋਕ ਹੁਣ ਰਹਿ ਗਏ ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਕਾਇਮ ਆ, ਬਾਕੀ ਤਾਂ ਸਾਰਾ ਸਿਸਟਮ 'ਤੇ ਕਲੈਪਸ ਹੋ ਹੀ ਚੁੱਕਾ।